ਵਾਲੇ ਦਿੱਲੀ ਵਾਲੇ। ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲੋਅ ਆ, ਉਹਦੀ ਤਰਜ਼ ਤੇ, ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਦੀ ਤਰਜ਼ ਤੇ ਸਾਡੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ। ਉਹਦੇ 'ਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ। ਇਹ ਇਕੱਲਾ ਹਿਮਾਚਲ 'ਚ ਨਹੀਂ, ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ, ਇਹ ਕਾਨੂੰਨ ਉੱਤਰਾਖੰਡ ਨੇ ਵੀ ਅਡੋਪਟ ਕਰ ਲਿਆ। ਪੰਜਾਬ ਇੱਕ ਸਪੈਸ਼ਲ ਸਟੇਟ ਆ, ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਹੈ, ਅਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਹੈ, ਜੋ 70-75 ਲੱਖ ਆਦਮੀ ਬਾਹਰ ਜਾ ਚੁੱਕਾ। ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਸਪੀਡ ਇੱਥੇ ਰਹਿਣ ਦਿੱਤਾ ਤਾਂ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ, ਪੰਜਾਬੀ ਨਹੀਂ ਲੱਭਣੀ, ਅਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ। ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ, ਆਪਣੀ ਹੋਂਦ, ਆਪਣੀ ਆਈਡੈਂਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ 'ਤੇ ਲਿਆਉਣਾ ਬਹੁਤ ਜ਼ਰੂਰੀ। ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਨਹੀਂ ਲਏਗਾ। ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਰਿਹਾ। ਤੁਹਾਨੂੰ ਆਈ ਨਹੀਂ ਲੱਗਦਾ ਸਰ, ਜਿਹੜੇ ਨੌਨ ਪੰਜਾਬੀ ਜਿਹਨਾਂ ਨੂੰ ਬਹੁਤ ਵੋਟਰਸ ਬਣ ਚੁੱਕੇ ਨੇ, ਲੁਧਿਆਣਾ ਤੁਸੀਂ ਲਾ ਲਓ, ਤਾਂ ਇਹਦੇ ਨਾਲ ਇਫੈਕਟ ਨਹੀਂ ਪਏਗਾ ਤੁਹਾਡੇ? ਮੈਂ ਗੈਰ ਪੰਜਾਬੀਆਂ ਨੂੰ ਇਹ ਕਹਿ ਰਿਹਾ ਵਾਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸੱਦ ਕੇ ਆਓ, ਪੈਸੇ ਕਮਾਓ, ਆਪਣਾ ਪਰਿਵਾਰ ਪਾਲੋ, ਸਾਨੂੰ ਕੋਈ ਇਤਰਾਜ਼ ਨਹੀਂਗਾ। ਪੰਜਾਬ ਇਜ਼ ਬਿਕੋਜ਼ ਇਟਸ ਅ ਸਪੈਸ਼ਲ ਸਟੇਟ। ਤੁਸੀਂ ਮੈਨੂੰ ਦੱਸਦੇ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ 'ਚ ਹਨ? ਇਕੱਲੇ ਪੰਜਾਬ 'ਚ ਹੀ ਨੇ, ਅਤੇ ਕਿਉਂਕਿ ਸਾਡੇ ਆਦਮੀ ਹੈਰਾਨ ਹੋ ਕੇ ਖੇਤੀ ਫੇਲ ਆ, ਨੌਕਰੀਆਂ ਕੋਈ ਮਿਲਦੀਆਂ ਨਹੀਂ, ਉਹ ਬਾਹਰ ਜਾ ਰਹੇ ਨੇ, ਤਾਂ ਪੰਜਾਬ ਅਤੇ ਪੰਜਾਬੀਅਤ ਬਚਾਉਣ ਲਈ, ਜ਼ੁਬਾਨ ਬਚਾਉਣ ਲਈ ਇਹ ਲੋਅ ਬਣਾਉਣਾ ਜ਼ਰੂਰੀ ਹੈ। ਤੁਸੀਂ ਦੱਸੋ ਨਾ ਮੈਨੂੰ, ਹਿਮਾਚਲ ਨੇ ਕਾਨੂੰਨ ਬਣਾਇਆ, ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ। ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਹੈ, ਇਸ ਕਾਨੂੰਨ ਨਾਲ ਇਹ ਤਾਂ ਨਹੀਂ ਹੁੰਦਾ ਸੀ, ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ, ਤੁਸੀਂ ਪੈਸੇ ਕਮਾਓ, ਸਭ ਕੁਝ ਕਰੋ, ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਹੈ, ਹਰ ਸਟੇਟ ਦੀ ਆਪਣੀ ਸੱਭਿਆਚਾਰ ਹੈ। ਇਹ ਉਸ ਕਰਕੇ ਕੀਤਾ, ਮੈਂ ਕਿਸੇ ਵਰਗ ਦੇ ਖਿਲਾਫ ਨਹੀਂ। ਪੰਜਾਬ ਮੈਂ ਕਾਂਗਰਸ ਕੇ ਇੱਕ ਨੇਤਾ ਹੈ, ਦਿੱਲੀ ਮੈਂ ਕਾਂਗਰਸ ਕੇ ਸ਼ਾਹੀ ਪਰਿਵਾਰ ਕੇ ਇੱਕ ਖਾਸਮ ਖਾਸ ਹੈ, ਪੰਜਾਬ ਕੇ ਕਾਂਗਰਸ ਕੇ ਨੇਤਾ ਕਹਤੇ ਹੈ ਕਿ ਬਿਹਾਰ ਕੇ ਲੋਗੋਂ ਕੋ ਪੰਜਾਬ ਮੈਂ ਬਹਿਸ਼ਕਾਰ ਕਰਨਾ ਚਾਹੀਏ, ਯੇ ਕਾਂਗਰਸ ਵਾਲੇ ਨੇਤਾ ਬੋਲ ਰਹੇ ਹੈ। ਔਰ ਆਰਜੇਡੀ ਵਾਲੇ ਇਨਕੇ ਸਾਥ ਯਹਾਂ ਆਪਸੇ ਵੋਟ ਮੰਗ ਰਹੇ, ਵੋ ਕਹਤੇ ਹੈ ਕਿ ਬਿਹਾਰ ਕੇ ਲੋਗੋਂ ਕੋ ਨਾ ਪੰਜਾਬ ਮੈਂ ਘਰ ਖਰੀਦਨੇ ਦੇਣਾ ਚਾਹੀਏ, ਨਾ ਹੀ ਪੰਜਾਬ ਮੈਂ ਬਿਹਾਰੀਓ ਕੋ ਕੋਈ ਅਧਿਕਾਰ ਦੇਣਾ ਚਾਹੀਏ। ਬਿਹਾਰ ਕੇ ਲੋਗੋਂ ਕੇ ਲੀਏ ਇਤਨੀ ਨਫ਼ਰਤ ਇਨ ਲੋਗੋਂ ਕੇ ਦਿਲ ਦਿਮਾਗ ਮੈਂ ਭਰੀ ਪੜੀ ਹੈ। ਕਿਆ ਆਪਨੇ ਕਾਂਗਰਸ ਕੇ ਸ਼ਾਹੀ ਪਰਿਵਾਰ ਸੇ ਸੁਨਾ ਕਿ ਭਾਈ ਇਹ ਇਨਕਾ ਮੰਤਰੀ ਬੋਲ ਰਹਾ ਹੈ ਗਲਤ ਬੋਲ ਰਹਾ ਹੈ, ਉਨਕਾ ਨੇਤਾ ਬੋਲ ਰਹਾ ਹੈ ਗਲਤ ਬੋਲ ਰਹਾ ਹੈ, ਐਸਾ ਨਹੀਂ ਬੋਲਣਾ ਚਾਹੀਏ, ਨਹੀਂ ਬੋਲ ਰਹੇ।